ਸਤਿ ਸ਼੍ਰੀ ਅਕਾਲ ਜੀ। ਇਹ ਵੀਡੀਓ ਸਿਰਫ ਮੁੰਡਿਆਂ ਵਾਸਤੇ ਆ, ਜਿਹੜੇ ਕੁੜੀਆਂ ਇਸ ਵੀਡੀਓ ਨੂੰ ਸੁਣ ਰਹੀਆਂ ਪਲੀਜ਼ ਉਹ ਨਾ ਸੁਣਨਾ, ਕਿਉਂਕਿ ਗੱਲ ਕੁਝ ਪਰਸਨਲ ਕਰਨੀ ਹੈਗੀ ਮੁੰਡਿਆਂ ਨਾਲ, ਸਿਰਫ ਮੁੰਡਿਆਂ ਵਾਸਤੇ ਹੈਗੀ ਅਤੇ ਬਹੁਤ ਜ਼ਰੂਰੀ ਗੱਲ ਹੈਗੀ ਆ, ਇਸ ਕਰਕੇ ਕੁੜੀਆਂ ਪਲੀਜ਼ ਨਾ ਸੁਣਨਾ ਇਸ ਵੀਡੀਓ ਨੂੰ, ਠੀਕ ਆ। ਗੱਲ ਕੀ ਹੈਗੀ ਆ ਮੁੰਡਿਓ, ਤੁਹਾਡੇ ਵਾਸਤੇ ਅਤੇ ਜਿਹੜੀ ਪਰਸਨਲ ਗੱਲ ਮੈਂ ਕਰ ਰਿਹਾ, ਤੁਸੀਂ ਜਿਹੜੇ ਜਿਹੜੇ ਬੰਦੇ ਹੈਗੇ ਆ ਉਹ ਸਮਝ ਗਏ ਹੁਣ ਗੱਲ ਕਿਸ 'ਤੇ ਹੋ ਰਹੀ ਆ, ਜਿਹੜੇ ਬੰਦੇ ਗਲਤ ਹਰਕਤਾਂ ਕਰਦੇ ਆ ਮੁੰਡੇ, ਜ਼ਿੰਦਗੀ ਦਾ ਬੇੜਾ ਗਰਕ ਹੋ ਜਾਣਾ। ਪੜ੍ਹਾਈ ਵਿੱਚ ਤੁਹਾਡਾ ਮਨ ਨਹੀਂ ਲੱਗ ਰਿਹਾ, ਦਿਲ ਨਹੀਂ ਤੁਹਾਡਾ ਕਰਦਾ ਪੜ੍ਹਨ ਨੂੰ, ਧਿਆਨ ਤੁਹਾਡਾ ਇੱਕ ਪਾਸੇ ਰਹਿੰਦਾ ਆ, ਬਹੁਤ ਖਤਰਨਾਕ ਆ। ਉਸ ਚੀਜ਼ ਵਾਲੇ ਪਾਸੋਂ ਆਪਣਾ ਮਨ ਨੂੰ ਉਸ ਨੂੰ ਹਟਾਓ, ਉਹਨੂੰ ਮਾਰਨਾ ਪੈਣਾ ਮਨ ਨੂੰ। ਮਨ ਕਹਿੰਦਾ ਤੂੰ ਉਸ ਚੀਜ਼ 'ਚ ਮਜ਼ਾ ਆਉਂਦਾ ਪਿਆ, ਆਪਾਂ ਨੂੰ ਕਰਦੇ ਪਏ ਡੇਲੀ, ਠੀਕ ਹੈ, ਆਪਣੀ ਐਨਰਜੀ ਵੇਸਟ ਕਰ ਰਹੇ, ਜਿੰਨਾ ਖਾਣਾ ਪੀਤਾ ਹੁੰਦਾ ਰਾਤ ਨੂੰ ਆਪਾਂ ਕੱਢ ਦਿੰਦੇ ਹਾਂ, ਠੀਕ ਆ, ਉਹ ਸਾਰਾ ਕੰਟਰੋਲ ਕਰਨਾ ਪੈਣਾ। ਉਹ ਤੁਹਾਡੀ ਸ਼ਕਤੀ ਆ, ਤੁਸੀਂ ਆਪ ਸੋਚੋ, ਇੱਕ ਉਹ ਬੂੰਦ ਇੱਕ ਬੱਚੇ ਨੂੰ ਬਣਾ ਦਿੰਦੀ ਆ, ਇੱਕ ਬੱਚੇ ਦਾ ਜਨਮ ਉਸ ਬੂੰਦ ਨਾਲ ਹੁੰਦਾ ਜਿਹਨੂੰ ਆਪਾਂ ਵੇਸਟ ਕੱਢ ਦਿੰਦੇ ਹਾਂ। ਤੁਸੀਂ ਸੋਚੋ, ਜੇ ਉਹੀ ਚੀਜ਼ ਤੁਹਾਡੇ ਦਿਲ ਅੰਦਰ ਰਹਿ ਜਾਏ, ਤੁਹਾਡੀ ਬੋਡੀ ਦੇ ਵਿੱਚ ਰਹਿ ਜਾਏ, ਤਾਂ ਤੁਹਾਨੂੰ ਕਿੰਨੀ ਸ਼ਕਤੀ ਦੇ ਸਕਦੀ ਆ। ਉਸ ਕਿਰਿਆ ਨੂੰ ਕਰਨ ਨਾਲ ਮਾਨਸਿਕ ਪ੍ਰੋਬਲਮ ਜਿਹੜੀ ਆ ਰਹੀ, ਬੋਡੀ ਤਾਂ ਖਰਾਬ ਹੋਣੀ 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 ਆ, ਮਾਨਸਿਕ ਜਿਹੜੀ ਪ੍ਰੋਬਲਮ ਆ ਰਹੀ, ਦਿਮਾਗ ਜਿਹੜਾ ਸੋਚ ਨਹੀਂ ਰਿਹਾ, ਪੜ੍ਹਨ ਨੂੰ ਦਿਲ ਨਹੀਂ ਕਰਦਾ ਪਿਆ, ਨੀਂਦ ਜਲਦੀ ਆ ਜਾਂਦੀ ਆ, ਜਾਂ ਹੋਰ ਗਲਤ ਪਾਸੇ ਸਿਰਫ ਵੀਡੀਓ, ਉਹ ਵੀਡੀਓ ਉਸ ਤਰ੍ਹਾਂ ਦੀ ਵੀਡੀਓ, ਉਸ ਤਰ੍ਹਾਂ ਦੇ ਕਮੈਂਟ, ਉਸ ਤਰ੍ਹਾਂ ਦੀ ਸਮੱਗਰੀ ਦੇਖਣ ਨੂੰ ਦਿਲ ਕਰਦਾ ਵਾਰੀ ਵਾਰੀ, ਬਹੁਤ ਖਤਰਨਾਕ ਹੈਗਾ। ਤੁਹਾਡੀ ਹੁਣ ਵਾਲੀ ਜਿਹੜੀ ਕੈਰੀਅਰ ਤੁਹਾਡਾ ਹੈਗਾ, ਜੋਬ ਹੈਗੀ ਤੁਹਾਡਾ, ਜੋ ਤੁਸੀਂ ਕੰਮ ਕਰਨਾ ਚਾਹੁੰਦੇ ਆ ਉਹਦੇ ਵਿੱਚ ਵੀ ਪ੍ਰੋਬਲਮ ਹੈਗੀ ਆ, ਜੋ ਤੁਸੀਂ ਇਸ ਤੋਂ ਬਾਅਦ ਨਿਕਲ ਗਏ ਤੁਹਾਡੀ ਮੈਰਿਜ ਲਾਈਫ ਹੈਗੀ ਆ, ਉਹਦੇ ਵਿੱਚ ਵੀ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੀ ਇਹਦੇ ਚੀਜ਼ ਦੇ ਨਾਲ। ਇਹ ਥੋੜ੍ਹੇ ਟਾਈਮ ਦਾ ਮਜ਼ਾ ਹੈਗਾ, ਉਸ ਤੋਂ ਬਾਅਦ ਸਾਰੀ ਜ਼ਿੰਦਗੀ ਪਛਤਾਵਾ ਹੈਗਾ, ਠੀਕ ਹੈ। ਇਹਦੇ ਨਾਲ ਆਪਾਂ ਮੈਂਟਲ ਵੀ ਹੋ ਸਕਦੇ ਹਾਂ, ਦਿਮਾਗੀ ਪ੍ਰੋਬਲਮ ਤਾਂ ਹੈਗੀ, ਜਿਵੇਂ ਜਿਵੇਂ ਵੱਧਦੀ ਜਾਂਦੀ ਡਿਜ਼ਾਇਰ ਵੱਧਦਾ ਜਾਂਦਾ, ਉਹ ਉਹਦੇ ਨਾਲ ਆਪਣੂੰ ਦਿਮਾਗੀ ਪ੍ਰੋਬਲਮ ਵੀ ਹੋ ਸਕਦੀ ਆ, ਫਿਜ਼ੀਕਲ ਤਾਂ ਹੈਗੀ ਹੈਗੀ ਆ, ਹਾਰਟ ਦੀ ਪ੍ਰੋਬਲਮ ਇਹਦੇ ਨਾਲ ਬਹੁਤ ਵੱਡੀ ਹੁੰਦੀ ਆ, ਜੇ ਆਪਾਂ ਇਹ ਕੰਮ ਕਰਦੇ ਰਹਿੰਦੇ ਹਾਂ, ਕੰਟੀਨਿਊ ਕਰਦੇ ਰਹਿੰਦੇ ਹਾਂ, ਅਤੇ ਹਾਰਟ ਦੀ ਪ੍ਰੋਬਲਮ ਇਹ ਆਉਣੀ ਆ, ਠੀਕ ਆ, ਬੋਡੀ ਤਾਂ ਖਰਾਬ ਹੋਣੀ ਹੋਣੀ ਆ, ਸਾਰੀ ਐਨਰਜੀ ਨਿਕਲ ਰਹੀ ਆ, ਬੋਡੀ ਨੂੰ ਕੁਛ ਮਿਲ ਨਹੀਂ ਰਿਹਾ। ਕਈ ਬੰਦੇ ਹੁੰਦੇ ਆ ਵੀ ਬੋਡੀ ਡਿਵੈਲਪ ਨਹੀਂ ਹੋ ਰਹੀ, ਮੈਂ ਖਾਣਾ ਪੀਣਾ ਬਹੁਤ ਆ, ਖਾਣਾ ਪੀਣਾ ਹੈਗਾ ਪਰ ਰਾਤ ਨੂੰ ਕੱਢ ਦਿੰਦਾ ਬਾਹਰ, ਠੀਕ ਆ, ਉੱਤੇ ਕੰਟਰੋਲ ਕਰਨਾ, ਆਪਦੇ ਮਨ ਨੂੰ ਕੰਟਰੋਲ ਕਰੋ। ਹੁਣ ਕਈ ਬੰਦੇ ਇਸ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹੋਣੇ, ਪਤਾ ਤੁਹਾਨੂੰ ਵੀ ਹੈਗਾ ਗੱਲ ਦਾ ਵੀ ਚੀਜ਼ ਗਲਤ ਹੈਗੀ ਆ, ਗੱਲ ਗਲਤ ਆ ਤੁਹਾਨੂੰ ਪਤਾ ਆ, ਪਰ ਤੁਹਾਡਾ ਫਿਰ ਵੀ ਕੰਟਰੋਲ ਨਹੀਂ ਹੈਗਾ ਆਪਣੇ ਆਪ 'ਤੇ, ਫਿਰ ਵੀ ਉਹ ਕੰਮ ਹੋ ਜਾਂਦਾ ਆ ਉਹਦੇ ਲਈ, ਕਿਉਂਕਿ ਆਪਣੇ ਸਾਰਾ ਦਿਨ ਉਹਦੇ ਵਿੱਚ ਦਿਮਾਗ ਵਿੱਚ ਉਸ ਚੀਜ਼ ਚੱਲਦੀ ਰਹਿੰਦੀ ਹੈ, ਅਤੇ ਉਹ ਫਿਰ ਰਾਤ ਨੂੰ ਸੁਪਨੇ ਵਿੱਚ ਉਸ ਚੀਜ਼ ਹੋ ਜਾਂਦਾ ਅਤੇ ਕੰਮ ਨਿਕਲ ਜਾਂਦਾ। ਤੁਸੀਂ ਉਸ ਨੂੰ ਕੰਟਰੋਲ ਕਿਵੇਂ ਕਰਨਾ ਹੈਗਾ, ਤੁਹਾਨੂੰ ਧਾਰਮਿਕ ਕਿਤਾਬਾਂ ਪੜ੍ਹਨੇ ਪੈਣਗੀਆਂ, ਧਾਰਮਿਕ ਕਿਤਾਬਾਂ ਪੜ੍ਹਨੇ ਪੈਣਗੀਆਂ, ਚੰਗਾ ਲਿਟਰੇਚਰ ਹੈਗੀਆਂ ਕਿਤਾਬਾਂ ਤੁਹਾਡੇ ਆਪਦੀ ਲਾਈਫ ਬਾਰੇ, ਠੀਕ ਹੈ, ਉਹ ਪੜ੍ਹਨੀਆਂ ਪੈਣਗੀਆਂ ਤੁਹਾਨੂੰ। ਜਦੋਂ ਤੁਸੀਂ ਸੋਚ ਨੂੰ ਚੇਂਜ ਕਰੋਗੇ, ਪੂਰੇ ਦਿਨ ਦੇ ਰੂਟੀਨ ਨੂੰ ਚੇਂਜ ਕਰੋਗੇ, ਤਾਂ ਫਿਰ ਹੀ ਉਹ ਰਾਤ ਕੰਟਰੋਲ ਹੋਣੀ ਤੁਹਾਡੀ, ਬਹੁਤ ਜ਼ਿਆਦਾ ਜ਼ਰੂਰੀ ਆ, ਬਹੁਤ ਖਤਰਨਾਕ ਚੀਜ਼ ਹੈਗੀ ਆ, ਜ਼ਿੰਦਗੀ ਬਰਬਾਦ ਹੋ ਜਾਣੀ ਆ ਤੁਹਾਨੂੰ। ਜੇ ਨੌਕਰੀ ਮਿਲੇਗੀ ਤਾਂ ਵੀ ਤੁਹਾਡੀ ਜਿਹੜੀ ਜ਼ਿੰਦਗੀ ਮੈਰਿਟ ਲਾਈਫ ਹੈਗੀ ਉਹ ਬੇਕਾਰ ਹੁੰਦੀ ਹੋ ਜਾਣੀ ਆ, ਠੀਕ ਆ, ਬਹੁਤ ਜ਼ਿਆਦਾ ਖਤਰਨਾਕ ਹੈਗੀ ਆ। ਆਪਣਾ ਕੈਰੀਅਰ, ਆਪਣਾ ਪੈਸਾ, ਕੁਛ ਨਹੀਂ ਆਪਣੇ ਪੱਲੇ ਰਹਿ ਜਾਣਾ ਜੇ ਆਪਾਂ ਇਹ ਕੰਮ ਨਾ ਛੱਡਿਆ, ਸਿਹਤ ਖਰਾਬ ਹੋ ਗਈ ਅਤੇ ਜਿੰਨਾ ਮਰਜ਼ੀ ਪੈਸੇ ਕਮਾਈ ਚੱਲੋ ਕੋਈ ਫਾਇਦਾ ਨਹੀਂ ਹੋਣਾ, ਠੀਕ ਆ। ਵਿਅਰਥ ਜਿਹੜੀ ਜ਼ਿੰਦਗੀ ਮੈਰਿਟ ਲਾਈਫ ਹੈਗੀ ਉਹ 'ਚ ਪ੍ਰੋਬਲਮ ਤਾਂ ਆਉਣੀ ਹੀ ਆਉਣੀ ਹੈਗੀ ਆ, ਉੱਥੇ ਤੁਸੀਂ ਕੁਛ ਨਹੀਂ ਕਰ ਸਕਣਾ, ਅਤੇ ਉਹ ਵੀ ਤੁਹਾਡੇ ਤਲਾਕ ਦਾ ਕਾਰਨ ਬਣੂਗਾ, ਠੀਕ ਆ। ਆਪਦੇ ਆਪਣੇ ਕੰਟਰੋਲ ਕਰੋ, ਜਿਹੜੀ ਸ਼ਕਤੀ ਤੁਹਾਡੀ ਨਿਕਲਦੀ ਪਈ ਹੈਗੀ ਉਹ ਤੁਹਾਡੇ ਅੰਦਰ ਰਹੇਗੀ, ਤੁਸੀਂ ਕੰਟਰੋਲ ਕਰੋ ਜੋ ਮੈਰਿਜ ਹੋਣ ਤੱਕ ਤੁਹਾਨੂੰ ਕੰਟਰੋਲ ਕਰੋ, ਜਿੰਨਾ ਤੁਹਾਡਾ ਟਾਈਮ ਕੋਲ ਹੈਗਾ ਆ ਕੰਟਰੋਲ ਕਰੋ, ਉਸ ਤੋਂ ਬਾਅਦ ਉਹਨੇ ਨੋਰਮਲ ਹੋ ਜਾਣਾ ਮੈਰਿਜ ਤੋਂ ਬਾਅਦ। ਤਾਂ ਹੈਗੀ ਇਹ ਹਾਰਮੋਨਸ ਦੀ ਆ, ਇਹ ਕੋਈ ਬਿਮਾਰੀ ਨਹੀਂ ਕਹਿ ਸਕਦੇ ਆਪਾਂ ਇਹਨੂੰ, ਗਲਤ ਨਹੀਂ ਹੈਗਾ, ਪਰ ਜੋ ਚੀਜ਼ ਆਪਣੇ ਅੰਦਰ ਰਹਿ ਜਾਂਦਾ ਆ ਅਤੇ ਆਪਾਂ ਨੂੰ ਸ਼ਕਤੀ ਬਹੁਤ ਦੇਗਾ। ਤੁਸੀਂ ਦੇਖਿਆ ਹੁਣ ਜਦੋਂ ਤੁਸੀਂ ਕੰਮ ਕਰਨ ਤੋਂ ਬਾਅਦ, ਤੁਸੀਂ ਸੋਚਦੇ ਵੀ ਨਹੀਂ ਕਰਨਾ ਹੈ, ਪਰ ਹੋਣ ਤੋਂ ਬਾਅਦ ਜਿਹੜੀ ਕਿੰਨੀ ਤੁਹਾਨੂੰ ਆਪਦੇ ਆਪ ਨੂੰ ਗਲਤੀ ਮਹਿਸੂਸ ਹੁੰਦੀ ਆ, ਆਪਦੇ ਆਪ ਨੂੰ ਤੁਸੀਂ ਗਿਲਟੀ ਫੀਲ ਕਰਦੇ ਪਏ ਹੋ, ਕਿਉਂਕਿ ਕਾਫੀ ਸਟੂਡੈਂਟਾਂ ਦੀ ਪ੍ਰੋਬਲਮ ਹੈਗੀ, ਕਾਲ ਮੇਰੇ ਨਾਲ ਗੱਲ ਹੁੰਦੀ ਸੀਗੀ ਜਦੋਂ ਗੱਲ ਮੈਂ ਕਲੀਅਰਲੀ ਪੁੱਛਦਾ ਸੀ, ਪਿੱਛੋਂ ਰੀਜ਼ਨ ਇਹੀ ਨਿਕਲਦਾ ਸੀ ਵੀ ਮੈਨੂੰ ਆਊਟਲਾਈਨ ਨਹੀਂ ਯਾਦ ਹੋ ਰਹੀ, ਮੈਂ ਤਾਂ ਟਿਊਟੇਸ਼ਨ ਨਹੀਂ ਲਿਖੀ ਜਾ ਰਹੀ, ਮੈਂ ਤਾਂ ਬੈਠਾ ਨਹੀਂ ਜਾਂਦਾ, ਅਤੇ ਪਿੱਛੇ ਪ੍ਰੋਬਲਮ ਇਹ ਹੁੰਦੀ ਸੀਗੀ। ਜਿਹਨਾਂ ਦੀ ਪ੍ਰੋਬਲਮ ਇਹ ਹੈਗੀ ਆ ਉਹ ਆਪਦੀ ਸੋਲਵ ਕਰ ਲੈਣ, ਠੀਕ ਆ, ਨਹੀਂ ਤਾਂ ਬਹੁਤ ਪਛਤਾਵਾ ਹੋਊਗਾ, ਚਿਹਰਾ ਤਾਂ ਖਰਾਬ ਹੋਣਾ ਹੀ ਹੋਣਾ, ਸਕਿਨ ਤਾਂ ਖਰਾਬ ਹੋਣੀ ਹੋਣੀ ਹੈਗੀ ਆ, ਮਾਨਸਿਕ ਤੌਰ 'ਤੇ ਫਿਜ਼ੀਕਲ ਤੌਰ 'ਤੇ ਸਭ ਪ੍ਰੋਬਲਮਾਂ ਆਉਣੀਆਂ ਹੈਗੀਆਂ, ਗਾਂ ਪ੍ਰੋਬਲਮ ਚੱਲਦੀ ਰਹਿਣੀ ਹੈ, ਇਹ ਪ੍ਰੋਬਲਮ ਸੋਲਵ ਹੋਣ ਵਾਲੀ ਹੈ, ਆਪਣੇ ਮਾਇੰਡ ਦੇ ਵਿੱਚ ਵੜ ਜਾਣੀ ਆ, ਜਿਸ ਤਰ੍ਹਾਂ ਦੇ ਆਪਾਂ ਸੁਪਨੇ ਲੈ ਕੇ ਉਹ ਕੰਮ ਕਰਦੇ ਪਏ ਹਾਂ, ਉਸ ਤਰ੍ਹਾਂ ਦੀ ਲਾਈਫ ਆਪਾਂ ਨੂੰ ਮਿਲਣੀ ਨਹੀਂ ਹੈਗੀ, ਉਸ ਤਰ੍ਹਾਂ ਦੀ ਮੈਰਿਜ ਲਾਈਫ ਨਹੀਂ ਹੁੰਦੀ ਜੋ ਆਪਾਂ ਫਿਲਮਾਂ 'ਚ ਦੇਖਦੇ ਹਾਂ, ਤੁਸੀਂ ਦੇਖਦੇ ਪਏ ਹੋ,
वो तो अपनी मैरिज लाग तो बाद चीज़ नहीं मिलनी, तो उस तो बाद थोड़े तो वो काम जो इसलिए तुम्हें बनाया गया वो काम थोड़े तो होना नहीं है, इस कर जिन्ना जल्दी हो जाए इन्हू छो। छा तरीका यही है कि आपको सोचना नहीं है, नवी सोच बनाओ, नवी किताबा पढ़ो, धार्मिक किताबा पढ़ो, हमेशा रात को भी प्रे करके सोवो रब सानू इस चीज़ तो छड़ा। बहुत वड्डी बीमारी हैगी है, बहुत वड्डे भी देवते ऋषि मुनि इस चीज़ फंसे रहे हैं तो वह खत्म होए आ, तो आप हूँ कलयुग रह रहे हैं तो ये तो यह चीज़ बहुत ज़्यादा हैगी है, तो यू कंट्रोल करना पैना है, वो बस आपके माइंड में चेंज करना पैना है, माइंड में नवी चीज़ा चंगी चीज़ा है बसाया पैनगियां, तो फिर यही कंट्रोल होगा। ठीक है, जे कंट्रोल करके तो सारी जिंदगी अपन न्यारे लेने हैगे आ। ठीक है, जो तुहाडा डिजायर हैगा जो चीज़ चाहते हो वो ता ही मजे आ, जो इस चीज़ पर कंट्रोल करोगे, बहुत खतरनाक बीमारी है। ठीक है जी, गल समझ लग गई, हूँ जो कुछ ना समझ लग गया मैंने कॉल मैसेज कर सकते हो। ठीक है जी, थैंक यू जी।